ਹਾਂਜੀ ਦੋਸਤੋ ਐਮਡੀ ਜੋਬ ਅਲਰਟ ਚੈਨਲ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਪੰਜਾਬ ਦੇ ਵਿੱਚ ਜਦੋਂ ਵੀ ਕੋਈ ਨਿੱਕੀ-ਮੋਟੀ ਜਾਂ ਸਰਕਾਰੀ ਪ੍ਰਾਈਵੇਟ ਅਸਾਮੀ ਆਉਂਦੀ ਹੈ ਤਾਂ ਅਸੀਂ ਉਸ ਦੀ ਜਾਣਕਾਰੀ ਤੁਹਾਡੇ ਤੱਕ ਲੈ ਕੇ ਹਾਜ਼ਰ ਹੁੰਨੇ ਆਂ ਜੀ ਅੱਜ ਇੱਕ ਹੋਰ ਨੋਟੀਫਿਕੇਸ਼ਨ ਲੈ ਕੇ ਹਾਜ਼ਰ ਹੋਇਆ ਪੋਸਟਾਂ ਸੰਬੰਧੀ ਜਿਹਦੇ ਵਿੱਚ ਕਾਲਜ ਐਂਡ ਹਸਪੀਟਲ ਦੇ ਵੱਲੋਂ ਭਰਤੀ ਸੰਬੰਧੀ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ ਜੀ ਬੱਕ ਬੱਕ ਪੋਸਟਾਂ ਨੇ ਪੂਰੀ ਡਿਟੇਲ ਦੇ ਵਿੱਚ ਜਾਣਕਾਰੀ ਲਈ ਵੀਡੀਓ ਨੂੰ ਅੰਤ ਤੱਕ ਦੇਖਣਾ ਅਗਰ ਤੁਸੀਂ ਚੈਨਲ ਦੇ ਉੱਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਜੀ ਚੈਨਲ ਨੂੰ ਸਬਸਕ੍ਰਾਈਬ ਕਰਨ ਦੇ ਨਾਲ ਨਾਲ ਬੈਲ ਆਈਕਨ ਨੂੰ ਵੀ ਪ੍ਰੈਸ ਕਰ ਦੇਵੋ ਤਾਂ ਕਿ ਪੰਜਾਬ ਸਟੇਟ ਵਿੱਚ ਆਉਣ ਵਾਲੀ ਹਰ ਇੱਕ ਨੌਕਰੀ ਸੰਬੰਧੀ ਜਾਣਕਾਰੀ ਪੇਪਰ ਸੰਬੰਧੀ ਜਾਣਕਾਰੀ ਜਾਂ ਕੋਈ ਵੀ ਨਵਾਂ ਅਪਡੇਟ ਆਉਂਦਾ ਹੈ ਉਸ ਸੰਬੰਧੀ ਜਾਣਕਾਰੀ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ ਸਾਡਾ ਇੱਕ ਟੈਲੀਗ੍ਰam ਚੈਨਲ ਵੀ ਹੈ ਜਿਸ ਦਾ ਲਿੰਕ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਹੈ ਸਾਡੇ ਟੈਲੀਗ੍ਰam ਚੈਨਲ ਨੂੰ ਵੀ ਜੁਆਇਨ ਕਰ ਲਵੋ ਜਿੱਥੇ ਅਸੀਂ ਹਰ ਇੱਕ ਵੀਡੀਓ ਦਾ ਲਿੰਕ ਪਲੱਸ ਪੰਜਾਬ ਦੇ ਵਿੱਚ ਕੋਈ ਰਿਜ਼ਲਟ ਆਉਂਦਾ ਉਸ ਦੀ ਪੀਡੀਐਫ ਫਾਈਲ ਜਾਂ ਕੋਈ ਨਵਾਂ ਅਪਡੇਟ ਆਉਂਦਾ ਉਸਦੀ ਪੀਡੀਐਫ ਫਾਈਲ ਅਸੀਂ ਉੱਥੇ ਅਪਲੋਡ ਕਰਦੇ ਜਿੱਥੋਂ ਤੁਸੀਂ ਡਾਊਨਲੋਡ ਕਰਕੇ ਦੇਖ ਸਕਦੇ ਹੋ ਚਲੋ ਆਪਾਂ ਵੀਡੀਓ ਸ਼ੁਰੂ ਕਰਦੇ ਆਂ ਜੋ ਅੱਜ ਦਾ ਨੋਟੀਫਿਕੇਸ਼ਨ ਹੈ ਜੀ ਉਹ ਨੈਸ਼ਨਲ ਕਾਲਜ ਜੋ ਡੈਂਟਲ ਕਾਲਜ ਐਂਡ ਹਸਪੀਟਲ ਹੈ ਜੋ ਕਿ ਗੁਲਾਬਗੜ ਡੇਰਾਬੱਸੀ ਡਿਸਟ੍ਰਿਕਟ ਐਸਐਸ ਨਗਰ ਵਿਖੇ ਹੈ ਉਸ ਨਾਲ ਬਲੋ ਜਾਰੀ ਕੀਤਾ ਗਿਆ ਹੈ ਜਿਸਦੇ ਕੰਟੈਕਟ ਨੰਬਰ ਨੇ ਜੀ 98140 11 357 87 98162 1840 ਅੱਤੀ ਇਹਨਾਂ ਨੰਬਰਾਂ ਦੇ ਉੱਤੇ ਬਧੇ ਰ ਜਾਣਕਾਰੀ ਲਈ ਤੁਸੀਂ ਸੰਪਰਕ ਕਰ ਸਕਦੇ ਹੋ ਜੀ ਈਮੇਲ ਨੋਟ ਕਰ ਲਓ ndch1234@gmail.com ਹੁਣ ਤੁਹਾਨੂੰ ਦੱਸਦੀ ਕਿਹੜੀਆਂ-ਕਿਹੜੀਆਂ ਪੋਸਟਾਂ ਨੇ ਜੀ ਇਹਨਾਂ ਪੋਸਟਾਂ ਦੇ ਲਈ ਅਰਜੈਂਟਲੀ ਜੋ ਰਿਕੁਆਇਰਮੈਂਟ ਹੈ ਜੀ ਬਹੁਤ ਜ਼ਰੂਰੀ ਜਲਦੀ ਤੋਂ ਜਲਦੀ ਜੋ ਵੀ ਤਾ ਫਿਲ ਕਰਨਾ ਚਾਹੁੰਦਾ ਇਹਨਾਂ ਪੋਸਟਾਂ ਨੂੰ ਅਪਲਾਈ ਕਰ ਲਵੋ ਜੀ ਕਿਉਂਕਿ ਇਹਨਾਂ ਨੂੰ ਬਹੁਤ ਜ਼ਰੂਰੀ ਰਿਕੁਆਇਰਮੈਂਟ ਹੈ ਜਿਹਦੇ ਵਿੱਚ ਸਭ ਤੋਂ ਪਹਿਲੀ ਪੋਸਟ ਹੈ ਜੀ ਰੀਡਰ ਦੀ ਪੋਸਟ ਹੈ ਜੋ ਕਿ ਜਰਨਲ ਮੈਡੀਸਨ ਦੀਆਂ ਦੋ ਪੋਸਟਾਂ ਨੇ ਜੀ ਰੀਡਰ ਜੀ ਪੈਡੋਡੋਂਟਿਕਸ ਦੀਆਂ ਜੋ ਪੋਸਟਾਂ ਨੇ ਇੱਕ ਪੋਸਟ ਹੈ ਹੋਸਟਲ ਔਰਡਨ ਗਰਲਸ ਐਂਡ ਬॉयਜ਼ ਦੀ ਇੱਕ ਪੋਸਟ ਹੈ ਜੀ ਐਮ ਐਸ ਸੀ ਫਾਰਮਕੋਲੋਜੀ ਦੀਆਂ ਪੋਸਟਾਂ ਦੀ ਗਿਣਤੀ ਇੱਕ ਹੈ ਜੀ ਡੈਂਟਲ ਮਕੈਨਿਕ ਦੀ ਪੋਸਟ ਹੈ ਜੀ ਐਕਸ-ਰੇ ਟੈਕਨੀਸ਼ੀਅਨ ਦੀ ਪੋਸਟ ਹੈ ਡੈਂਟਲ ਹਾਈਜੀਨਿਸਟ ਦੀ ਪੋਸਟ ਹੈ ਜੀ ਜੇ ਅਪਲਾਈ ਕਰਨ ਦੀ ਜੋ ਆਖਰੀ ਮਿਤੀ ਰੱਖੀ ਗਈ ਹੈ 13/3/2022 ਤੱਕ ਤੁਸੀਂ ਅਪਲਾਈ ਕਰ ਸਕਦੇ ਹੋ ਅਪਲਾਈ ਕਿਵੇਂ ਕਰਨਾ ਹੈ ਤੁਸੀਂ ਈਮੇਲ ਆਈ ਰਾਈ ਅਪਲਾਈ ਕਰਨਾ ਹੈ ਤੁਸੀਂ ਆਪਣੇ ਰਿਜ਼ਿਊਮ ਹੈਂਡੀਚ 1234@gmail.com ਦੇ ਉੱਤੇ ਤੁਸੀਂ ਭੇਜ ਦੇਣੇ ਨੇ ਜੀ ਜੋ ਸ਼ਾਰਟਲਿਸਟਡ ਕੈਂਡੀਡੇਟਸ ਹੋਣਗੇ ਉਹਨਾਂ ਨੂੰ ਇੰਟਰਵਿਊ ਦੇ ਲਈ ਬੁਲਾਇਆ ਜਾਵੇਗਾ ਜੀ ਤੇ ਤੁਸੀਂ ਇੰਟਰਵਿਊ ਵਾਲੇ ਸਥਾਨ ਦੇ ਉੱਤੇ ਪਹੁੰਚ ਜਾਣਾ ਇਹਨਾਂ ਦੇ ਅਕੋਰਡਿੰਗ ਤੇ ਜੀ ਤੁਸੀਂ ਬਥੇਰੇ ਜਾਣਕਾਰੀ ਲਈ ਤੁਸੀਂ ਇਹਨਾਂ ਦੇ ਨੰਬਰਾਂ ਦੇ ਉੱਤੇ ਸੰਪਰਕ ਕਰ ਸਕਦੇ ਹੋ ਈਮੇਲ ਰਾਹੀਂ ਸੰਪਰਕ ਕਰ ਸਕਦੇ ਹੋ ਜੀ ਇਹਨਾਂ ਨੰਬਰਾਂ ਦੇ ਉੱਤੇ ਸੰਪਰਕ ਕਰਕੇ ਤੁਸੀਂ ਅਪਲਾਈ ਕਰਨਾ ਅਗਰ ਤੁਹਾਨੂੰ ਕੋਈ ਵੀ ਛੋਟੀ ਤੋਂ ਛੋਟੀ ਰਿਕੁਆਇਰਮੈਂਟ ਜਾਂ ਕੋਈ ਇਨਕੁਆਇਰੀ ਹੈ ਤਾਂ ਤੁਸੀਂ ਇਹਨਾਂ ਨੰਬਰਾਂ ਦੇ ਉੱਤੇ ਸੰਪਰਕ ਕਰਕੇ ਜੀ ਤੁਸੀਂ ਅਪਲਾਈ ਕਰ ਸਕਦੇ ਹੋ ਜੀ ਇਹ ਜਾਣਕਾਰੀ ਤੁਹਾਨੂੰ ਕਿਸ ਤਰ੍ਹਾਂ ਲੱਗੀ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਕਿਉਂਕਿ ਸਾਨੂੰ ਇਸ ਨਾਲ ਮੋਟੀਵੇਸ਼ਨ ਮਿਲਦਾ ਤੇ ਅੱਗੇ ਤੋਂ ਨਵੇਂ-ਨਵੇਂ ਵੀਡੀਓ ਤੁਹਾਡੇ ਤੱਕ ਲੈ ਕੇ ਹਾਜ਼ਰ ਹੁੰਦੇ ਰਹਾਂਗੇ ਜੀ ਹੁਣ ਮਿਲਦੇ ਆ ਨਵੀਆਂ ਪੋਸਟਾਂ ਦੇ ਨਾਲ ਨਵੀਂ ਵੀਡੀਓ ਦੇ ਨਾਲ ਤਦ ਤੱਕ ਲਈ ਇਰਾਬ ਰੱਖਾਂਗੇ